Embrace the power of knowledge at Sanskriti University. Ranked first in most promising university in engineering and management in India. Visit www.sanskriti. पंजाब के पठानकोट में बुधवार को 7 संदिग्ध मिलने से सनसनी फैल गई। दरअसल मंगलवार की रात सैनिक एरिया से सटे फंगतोली गांव में 7 संदिग्ध दिखने की बात से पूरा गांव दहशत में है। सूचना मिलने के बाद जहां मंगलवार की रात को ही थाना मामून की प्रभारी रजनी बाला ने रात भर टीम के साथ एरिया को चेक किया, तो वहीं बुधवार की सुबह से लेकर शाम तक जिला पुलिस ने सेना व स्वाट कमांडो के साथ पूरे एरिया में सर्च ऑपरेशन चलाया। हालांकि सर्च के दौरान पुलिस व सेना को कुछ नहीं मिला, लेकिन संदिग्धों के देखे जाने की बात के बाद पूरे इलाके में दहशत का माहौल है। लेट नाइट सानू इनफॉरमेशन मिली सी कि फंगतोली दे एरिए च तकरीबन 7 जिहड़े शक्की बंदे देखे गए है। एक घर सी पहाड़ दे उपर, उहदे उपर जिहड़े है कि वी उस घर च कुछ बंदे पानी पीन आए सी। ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉੱਧਰ ਨੂੰ ਚਲੇ ਗਏ। ਇਹਦੇ ਕਈ ਐਂਗਲ ਹੋ ਸਕਦੇ ਆ, ਕੋਈ ਜੰਗਲ 'ਚ ਵੀ ਕੰਮਕਾਰ ਕਰਦਾ ਹੋ ਸਕਦਾ ਕਿ ਵੀ ਉੱਧਰ ਨੂੰ ਆਇਆ ਹੋਵੇ, ਪਾਣੀ ਮੰਗਿਆ ਹੋਵੇ, ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਵੀ ਸ਼ੱਕੀ ਬੰਦੇ ਵੀ ਹੋ ਸਕਦੇ ਆ। ਸਾਰੇ ਐਂਗਲ ਆਪਾਂ ਵੈਰੀਫਾਈ ਕਰ ਰਹੇ ਹਾਂ। ਸਵੇਰੇ ਅੱਜ ਉੱਥੇ ਜਿਹੜਾ ਉਹ ਮਿਲਟਰੀ ਅਤੇ ਪੁਲਿਸ ਵੱਲੋਂ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਏ 'ਚ, ਅਤੇ ਆਪਾਂ ਜਿਹੜਾ ਇਕੱਲਾ ਇਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਅਤੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਡੇ ਨਾਲ ਸ਼ੇਅਰ ਕਰਦੀ ਜਾਏਗੀ। ਸਰ, ਕੋਈ ਹੁਲੀਆ ਵਗੈਰਾ ਜਾਂ ਕੋਈ ਉਹਨਾਂ ਕੋਲ ਹਸਤੇ ਵਗੈਰਾ ਪਤਾ ਚੱਲਿਆ? ਜੀ, ਅਸਲਾ ਉਹਨਾਂ ਕੋਲ ਕੋਈ ਨਹੀਂ ਸੀ। ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਕੁ ਬੰਦੇ ਸੀ ਅਤੇ ਇਹ ਜੰਗਲ ਵਾਲੀ ਸਾਈਡ ਅਤੇ ਪਿਛਲੀ ਸਾਈਡ ਤੋਂ ਚੜ੍ਹ ਕੇ ਉੱਧਰ ਉਹਨਾਂ ਦੇ ਘਰ ਵੱਲ ਆਏ ਸੀ ਅਤੇ ਉਹਨਾਂ ਨੇ ਪਾਣੀ ਮੰਗਿਆ ਸੀ, ਅਤੇ ਬਾਕੀ ਅਸਲਾ ਉਹਨਾਂ ਕੋਈ ਨਹੀਂ ਸੀ ਅਤੇ ਉਹਨਾਂ ਦੇ ਅਨੁਸਾਰ ਇਹ ਸ਼ੱਕੀ ਬੰਦੇ ਲੱਗ ਰਹੇ ਸੀ ਅਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਇਸ ਚੀਜ਼ ਨੂੰ ਅਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ। ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਿੱਤੀ। ਪੁਲਿਸ ਔਰ ਸੇਨਾ ਕਿਸੇ ਵੀ ਕਿਸਮ ਕਾ ਕੋਈ ਰਿਸਕ ਨਹੀਂ ਉਠਾਉਣਾ ਚਾਹਤੀ, ਜਿਸ ਕੇ ਤਹਿਤ मार्ग से गुजरने वाले सभी वाहनों, विशेष तौर पर जम्मू एंड कश्मीर से आने वे जाने वाले वाहनों को विशेष तौर पर चेक किया जा रहा है ताकि कोई अप्रिय घटना घटित ना हो सके।